ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆਮ ਆਪਣੇ ਘਰਾਂ ਦੇ ਵਿੱਚ ਟੈਲ ਪੱਤਿਆਂ ਵਾਲੀ ਛੱਤ ਹੁੰਦੀ ਆ। ਟੈਲ ਪੱਤਿਆਂ ਵਾਲੀ ਛੱਤ ਨੂੰ ਕਈ ਵਾਰ ਕੀ ਹੁੰਦਾ ਕਿ ਸਿਉਂਕ ਲੱਗ ਜਾਂਦੀ ਆ। ਸਿਉਂਕ ਲੱਗਣ ਦੇ ਨਾਲ ਉੱਤੋਂ ਛੱਤ ਡਿੱਗਣ ਦਾ ਡਰ ਹੁੰਦਾ। ਉਹ ਤੁਹਾਨੂੰ ਇੱਕ ਮਿਸਤਰੀ ਨੂੰ ਆਪਾਂ ਮਿਲਾਉਂਦੇ ਹਾਂ। ਉਹ ਮਿਸਤਰੀ ਬਿਨਾਂ ਛੱਤ ਚੱਕੇ, ਬਿਨਾਂ ਟੈਲਾਂ ਚੱਕੇ ਕਿਵੇਂ ਪੱਤੇ ਬਦਲਦਾ, ਨਵੀਂ ਤਕਨੀਕ ਦੇ ਨਾਲ ਬਹੁਤ ਘੱਟ ਖਰਚੇ ਵਿੱਚ ਆਪਣੇ ਸਾਰੇ ਟੋਟਲ ਪੱਤੇ ਬਦਲੇ ਜਾਂਦੇ ਆ ਅਤੇ ਨੁਕਸਾਨ ਵੀ ਕੋਈ ਨਹੀਂ ਹੁੰਦਾ। ਹੁਣ ਆਹ ਜਿਹੜੇ ਪੈਪ ਪਏ ਆ, ਇਹਨਾਂ ਨੇ ਲੰਮੇ ਲੰਮੇ ਪੈਪ ਇੱਦਾਂ ਹੀ ਪਾਉਣੇ ਆ। ਆਹ ਦੇਖੋ 15 ਫੁੱਟੇ 20 ਫੁੱਟੇ ਇੱਦਾਂ ਹੀ ਪੈਪ ਪਾ ਦਿੰਦੇ ਹਾਂ। ਤੁਹਾਨੂੰ ਪੱਤੇ ਬਦਲਾਉਂਦੇ ਵਿਖਾਉਂਦੇ ਹਾਂ ਅਤੇ ਮਿਸਤਰੀ ਨਾਲ ਆਪਾਂ ਗੱਲਬਾਤ ਵੀ ਕਰਦੇ ਹਾਂ। ਆ ਜਾਓ ਵੇਖੀਏ, ਅੱਜ ਦਾ ਆਪਣਾ ਮੇਨ ਟੌਪਿਕ ਇਹੀ ਆ ਕਿ ਸਿਉਂਕਣਾ ਖਾਧੇ ਬੱਤੇ ਕਿੱਦਾਂ ਬਦਲੀਦੇ ਆ। ਸਾਰੇ ਟੋਟਲ ਇਹਨਾਂ ਨੇ ਬੱਤੇ ਬਦਲੇ ਆ। ਇਹ ਪਹਿਲਾਂ ਇਸ ਤਰ੍ਹਾਂ ਦੇ ਬੱਤੇ ਸੀਗੇ, ਸਿਉਂਕ ਦੇ ਖਾਧੇ, ਪੁਰਾਣੀ ਛੱਤ ਸੀਗੀ। ਇਹ ਵੀ ਇੱਧਰ ਇਹਨਾਂ ਨੇ ਬਦਲੇ ਆਵੇ ਦੇਖੋ। ਕਿਵੇਂ ਭਰਾ, ਠੀਕ ਹੈ? ਤੁਰਿਆ ਨਹੀਂ ਆਉਂਦਾ? ਤੇਰਾ ਨਾਂ ਕੀ ਆ? ਇਹ ਸਾਰੇ ਬੱਤੇ ਇੱਦਾਂ ਸਿਉਂਕ ਦੇ ਖਾਧੇ ਆ, ਜੋ ਇਹ ਚੇਂਜ ਕਰੀ ਜਾਂਦੇ ਆ, ਬਦਲਦੇ ਆ। ਆਹ ਵੇਖੋ, ਕਮਾਲ ਦੀ ਗੱਲ ਇਹ ਆ ਵੀ ਖੜ੍ਹੇ ਪਤਾ ਨਹੀਂ ਕਾਹਦੇ ਆਸਰੇ ਹੁੰਦੇ ਹੈ ਨਾ, ਛਾਤੀ ਉੱਤੇ ਡਿੱਗਣ ਦਾ ਕਈ ਵਾਰੀ ਡਰ ਬਣਿਆ ਰਹਿੰਦਾ। ਸਾਡੇ ਨੰਬਰਦਾਰ ਸਾਹਿਬ ਲੰਘ ਗਏ ਇੱਧਰ, ਇਹਨਾਂ ਦੇ ਗੁਆਂਢੀ ਪੜੋਸੀ। ਇਹ ਜੋ ਬੱਤੇ ਵੱਡੇ ਆ, ਇਹ ਬੱਤੇ ਕੱਟ ਕੇ ਯਾਨੀ ਪੂਰੀ ਪੂਰੀ ਕਰਕੇ ਫਿਰ ਇਹ ਬੱਤੇ ਦਿੰਦੇ ਆ। ਬਦਲਦੇ ਹੋ
ਪਾਈਪਾਂ ਦੇ ਟੱਕ ਫਸ ਜਾਣੇ ਜੈਕ ਦੇ ਵਿੱਚ। ਬਾਈ ਜਿਵੇਂ ਜੈਕ ਤਾਂ ਚੱਕੀ ਜਾਂਦਾ, ਫਰਨਾਲ ਚੱਕੀ ਜਾਂਦੀ ਆ। ਠੀਕ ਆ ਜੀ। ਲਓ ਬਾਈ ਜੀ, ਹੇਠੋਂ ਜੈਕ ਟਾਇਟ ਹੋ ਗਿਆ, ਉੱਪਰੋਂ ਬੱਤਾ ਜੋ ਹਿੱਲਣ ਲੱਗ ਗਿਆ। ਇਸ ਤਕਨੀਕ ਦੇ ਨਾਲ ਬਾਈ ਜੀ ਬੱਤੇ ਬਦਲਦੇ ਆ। ਬੱਤਾ ਥੋੜ੍ਹਾ ਟਾਇਟ ਸੀ, ਇੱਕ ਹੋਰ ਕਸਮ ਲੱਗੇ ਗਏ। ਕਿੰਨੇ ਪੈਸੇ ਹੋਏ? ਮੋਟੇ ਪਤਾ ਕਿੰਨੇ ਆ? ਮੋਟੇ ਤੋਂ ਤਾਂ ਥੋੜੇ ਘੱਟ ਹੀ ਆ ਜੀ। ਪੂਰੀ ਬੜੇ ਪਹਿਲਾਂ ਵਜਣੀ ਹੈ ਜਿਹੜੇ ਬੱਤੇ ਦਾ ਲਓ ਵੀ ਮਿੱਤਰੋ, ਨਾ ਛੱਤ ਚੱਕਣ ਦੀ ਲੋੜ,
ਨਾ ਟੇਲਾ ਚੱਕਣ ਦੀ ਲੋੜ। ਹੇਠੋਂ ਜੈਕ ਲਾ ਕੇ ਨਵੀਂ ਤਕਨੀਕ ਦੇ ਨਾਲ ਬੱਤੇ ਸਾਰੇ ਬਦਲੇ ਜਾਂਦੇ ਆ, ਯਾਨੀ ਅੱਧੇ ਖਰਚੇ ਨੂੰ ਘੱਟ ਖਰਚਾ ਆਉਂਦਾ ਬੱਤੇ ਇਸ ਤਰ੍ਹਾਂ ਬਦਲਣ ਦੇ ਨਾਲ। ਬਾਕੀ ਬਾਈ ਜੀ ਨਾਲ ਆਪਾਂ ਗੱਲਬਾਤ ਕਰਦੇ ਹਾਂ। ਆਪਣੇ ਨਹੀਂ ਐਂ ਬਦਲਦਾ ਨਾ, ਆਪਣੇ ਵੀ ਬਦਲਦਾ। ਹਾਂਜੀ ਬਾਈ ਜੀ, ਆਪਣਾ ਨਾਂ ਦੱਸੋ ਕੀ ਹੈ ਜੀ? ਮੇਰਾ ਨਾਮ ਹੈ ਗੁਰਦੀਪ ਸਿੰਘ ਜੀ। ਅੱਛਾ ਜੀ, ਛੰਨਾ ਕਲਾਸ ਹੈ। ਅੱਛਾ ਜੀ, ਜ਼ਿਲ੍ਹਾ ਬਰਨਾਲਾ। ਜ਼ਿਲ੍ਹਾ ਬਰਨਾਲਾ, ਹਾਂਜੀ। ਆਪਣਾ ਫੋਨ ਨੰਬਰ ਦੱਸ ਦਿਓ ਬਾਈ ਜੀ। ਫੋਨ ਨੰਬਰ ਹੈ ਮੇਰਾ 84371। ਠੀਕ ਹੈ ਜੀ। 84694। ਠੀਕ ਹੈ। 84371 84694। ਇਹ ਬਾਈ ਜੀ ਆਪਣਾ ਕੀ ਹਿਸਾਬ ਕਿਤਾਬ ਹੁੰਦਾ ਜੀ, ਦੱਸ ਦਿਓ ਵੀ। ਹਿਸਾਬ ਕਿਤਾਬ ਜੀ ਅੱਡੋ ਅੱਡ ਖਾਣਾ ਦਾ ਹੁੰਦਾ ਜੀ। ਠੀਕ ਹੈ ਜੀ, ਵੱਡੇ ਛੋਟੇ ਦਾ। ਓਕੇ, ਯਾਨੀ ਕਿ ਘੱਟੋ ਘੱਟ 1000 ਰੁਪਏ ਦਾ ਖਾਣ ਦਾ ਹੈਗੀ ਹੈਗਾ ਜੀ। ਯਾਨੀ ਇੱਕ ਖਾਣ ਦਾ ਘੱਟ ਤੋਂ ਘੱਟ 1000 ਰੁਪਇਆ। ਲੰਬਾਈ ਚੜਾਈ ਲੰਬਾਈ ਚੜਾਈ ਦਾ ਫਿਰ ਵਧੀ ਜਾਊਗਾ ਉਸ ਹਿਸਾਬ ਨਾਲ, ਦੇਖ ਕੇ ਪਤਾ ਲੱਗਦਾ ਹੁੰਦਾ ਜੀ। ਠੀਕ ਹੈ ਜੀ, ਠੀਕ ਹੈ। 4x15 ਦਾ ਹੋਏ ਖਾਣਾ, 4x15 ਦਾ। ਠੀਕ ਹੈ ਜੀ, ਉਹਦਾ 1300 ਰੁਪਏ। ਠੀਕ ਠੀਕ ਹੈ। ਅਤੇ ਬਾਈ ਜੀ ਕਹਿੰਦੇ 20x8 ਦਾ ਯਾਨੀ 1000 ਰੁਪਏ ਖਰਚਾ ਆਉਂਦਾ, ਬਾਕੀ ਵਾਧਾ ਘਾਟਾ ਮੌਕੇ 'ਚ ਹੋ ਜਾਂਦਾ। ਜੇ ਕਹਿੰਦੇ ਬੱਤੇ ਬਦਲਾਉਣੇ ਹੋਣ ਤਾਂ ਇਹ ਬਾਈ ਜੀ ਨਾਲ ਸੰਪਰਕ ਕਰ ਸਕਦਾ। ਬਾਈ ਜੀ ਕਿੰਨਾ ਕੁ ਫਾਇਦਾ ਹੋ ਜਾਂਦਾ ਛੱਤ ਚੱਕਣ ਨਾਲ? ਫਾਇਦਾ ਭਾਅ ਜੀ ਮੰਨ ਕੇ ਚੱਲੋ 25 ਪੈਸੇ ਖਰਚ ਆਉਂਦਾ ਜੀ। ਅੱਛਾ ਜੀ, ਹਾਂਜੀ। ਜੇ ਮੰਨ ਕੇ ਚੱਲੋ 1 ਲੱਖ ਰੁਪਇਆ ਖਰਚੇ 'ਤੇ ਲੈਂਟਰ ਪੈਂਦਾ। ਠੀਕ ਹੈ ਜੀ, 25 ਹਜ਼ਾਰ ਰੁਪਏ। ਠੀਕ 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 ਹੈ ਜੀ। ਬਾਕੀ ਚੀਜ਼ ਵਧੀਆ ਬਣ ਜਾਂਦੀ ਹੈ ਨਾ? ਚੀਜ਼ ਤਾਂ ਜੀ ਮੈਂ ਮੰਨ ਕੇ ਚੱਲੋ ਜੀ 2015 ਦਾ 16 ਦਾ ਕਰਦਾ ਹੁੰਦਾ ਜੀ, ਹਜੇ ਤੱਕ ਤਾਂ ਕੰਪਲੀਟ ਆਈ ਨਹੀਂ। ਠੀਕ ਠੀਕ ਹੈ ਜੀ। ਸੋ ਬਾਈ ਜੀ ਨਾਲ ਸੰਪਰਕ ਕਰੋ ਜੇ ਕਿਸੇ ਨੇ ਬੱਤੇ ਬਦਲਾਉਣੇ ਹੋਣ। ਡਰੈਸ ਤੁਹਾਨੂੰ ਦੱਸ ਹੀ ਦਿੱਤਾ ਬਾਈ ਨੇ, ਅਤੇ ਕੰਮ ਬਹੁਤ ਸੋਹਣਾ ਕਰਦੇ ਆ। ਵੀਡੀਓ ਵੇਖਣ ਲਈ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।